ਜਦ ਉਹਨਾਂ ਬੁੱਲੇ ਨੂੰ ਪੁੱਛਿਆ, ਬੁੱਲਾ ਕਹਿੰਦਾ ਕੀ ਜਾਣਾ ਮੈਂ ਕੌਣ, ਨਾ ਮੈਂ ਮੋਮਨ ਵਿੱਚ ਮਸੀਤਾਂ, ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ, ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਮੂਸਾ ਨਾ ਫਰਿਆਉਣ, ਬੁੱਲਿਆ ਕੀ ਜਾਣਾ ਮੈਂ ਕੌਣ। ਉਹ ਕਹਿੰਦੇ ਆ ਜੋ ਮਰਜ਼ੀ ਆਖੀ ਜਾ ਬੁੱਲਿਆ, ਸਾਥੋਂ ਤੇਰਾ ਕੁਛ ਨਹੀਂ ਭੁੱਲਿਆ, ਸਾਨੂੰ ਭੇਤ ਹੈ ਤੂੰ ਹੈ ਕੌਣ। ਤੇਰਾ ਅਸਲ ਨਾਮ ਅਬਦੁੱਲਾ, ਲੁਕਣ ਛਿਪਣ ਨੂੰ ਬਣ ਗਿਆ ਬੁੱਲਾ, ਉੱਚ ਸ਼ਰੀਫ 'ਚ ਜੰਮਿਆ ਸੀ ਤੂੰ ਸੱਯਦ ਤੇਰੀ ਜਾਤ, ਉੱਚ ਸ਼ਰੀਫ 'ਚ ਜੰਮਿਆ ਸੀ ਤੂੰ ਸੱਯਦ ਤੇਰੀ ਜਾਤ, ਸ਼ਾਹ ਇਨਾਇਤ ਰਾਈਂ ਤੇਰਾ ਮੁਰਸ਼ਦ। ਭੇਤ ਹੈ ਸਾਨੂੰ ਤੂੰ ਹੈ ਕੌਣ, ਪਰ ਇਹੋ ਹੀ ਭੇਤ ਨਹੀਂ ਲੱਗਿਆ ਤੂੰ ਇੱਧਰ ਕਿੱਦਾਂ ਆ ਵਸਿਆ ਲੋਕਾਂ ਦਿਆਂ ਦਿਲਾਂ ਦੇ ਅੰਦਰ। ਸਾਨੂੰ ਸ਼ੱਕ ਹੈ ਸਾਜ਼ਾਂ ਦਿਆਂ ਸੁਰਾਂ ਵਿੱਚ ਰਲ ਕੇ ਗਾਇਕਾਂ ਦੇ ਬੋਲਾਂ ਦੇ ਅੰਦਰ ਲੁਕਦਾ ਛਿਪਦਾ ਆ ਗਿਆ ਹੋਣਾ। ਕੁਛ ਵੀ ਹੈ ਪਰ ਹੁਣ ਗੱਲ ਇਹ ਹੈ, ਸਾਨੂੰ ਚਾਹੀਦੇ ਕਾਗਜ਼ਾਤ, ਸਾਨੂੰ ਚਾਹੀਦੇ ਕਾਗਜ਼ਾਤ। ਉਹ ਕਹਿੰਦਾ ਇਹ ਲਓ ਕੁਛ ਦੋਹੜੇ ਨੇ, ਕੁਝ ਕਾਫੀਆਂ ਨੇ, ਸੀ ਹਰਫੀਆਂ ਨੇ, ਸਤਵਾਰਾ ਹੈ। ਹਾਂ ਇਹ ਵੀ ਸਾਨੂੰ ਚਾਹੀਦੇ, ਕੋਈ ਉੱਚ ਕਮੇਟੀ ਬੈਠੇਗੀ, ਕੁਝ ਚੀਰ ਫਾੜ ਕਰ ਦੇਖੇਗੀ, ਪਰਖੇਗੀ ਇਹਨਾਂ ਦਾ ਹਰਫ ਹਰਫ, ਨਿਰਖੇਗੀ ਇਹਨਾਂ ਦਾ ਵਾਕ ਵਾਕ, ਪਰ ਉਹ ਵੀ ਸਾਨੂੰ ਚਾਹੀਦੇ। ਕੋਈ ਸੰਦ ਫਰਦ, ਕੋਈ ਬੈਨਾਮਾ, ਕੋਈ ਖਸਰਾ ਨੰਬਰ, ਇੰਤਕਾਲ, ਕੋਈ ਰਾਹਦਾਰੀ, ਕੋਈ ਵਾਲਦੀਅਤ, ਉਹਨਾਂ ਤੋਂ ਹੀ ਨਿਰਣਾ ਹੋਵੇਗਾ ਕਿ ਕੀ ਹੈ ਸਟੇਟਸ, ਕੀ ਰੁਤਬਾ। ਉਹਨਾਂ ਤੋਂ ਹੀ ਨਿਰਣਾ ਹੋਵੇਗਾ ਕਿ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ ਤਾਂ ਵੱਸਦਾ ਹੈ ਕਿਸ ਹੈਸੀਅਤ ਵਿੱਚ, ਮਸ਼ਕੂਕ ਨਾਗਰਿਕ ਹੈ ਜਾਂ ਕਿ ਘੁਸਪੈਠੀਆ ਹੈ ਜਾਂ ਰਿਫਿਊਜੀ।